मॉर्निंग बेटा बेटा तुझे चैप्टर चैप्टर रिवाइज करांगे कहानी जन्मदिन ठीक है। कल तेरा टेस्ट है जन्मदिन कहानी का ते दूसरा लिंग बलून ठीक है। पहला असि जन्मदिन कहानी करांगे उस तो बाद लिंग बलून करांगे बेटा। कहानी दे तुहानू एमसीक्यू से क्वेश्चन आने अच्छी तरह ध्यान नाल सुनने है ते सारे बच्चों ने क्वेश्चन नोटबुक से लिखने भी है। अगर वन मार्क्स क्वेश्चन नहीं लिखे तो नाल नाल अपनी फ्योर नोटबुक से नोट करते जाओ ओके ठीक है। फुल एक सेंटेंस लिखना एक दो शब्द लिखने हैं कि पहला कहानी सुनो फिर असि वन मार्क्स क्वेश्चन डिस्कस करांगे ओके। जन्मदिन कहानी बेटा कि लिखी है सुरिंदर सिंह उप्पल दी। राइटर का नेम भी पूरा आ जाए कला सुरिंदर सिंह नहीं एमसीक्यू सुरिंदर सिंह लिखा आ सकता है सुरिंदर सिंह उप्पल भी लिखा आ सकता है। इस करके तुम कहानी के राइटर का नेम भुल आ जाए सुरिंदर सिंह उप्पल फुल नेम ठीक है। इस कहानी के पहला अभी करांगे डिस्कस केड़े केड़े मेन पात्र है। पात्र के नाम है देवकी ज्योति भैन गुटी ज्वाला प्रसाद मंत्री ज्वाला प्रसाद मंत्री ज्वाला प्रसाद ਕਿ
ਮੇਰਾ ਪੂਰੇ ਸ਼ਹਿਰ ਦੇ ਵਿੱਚੋਂ ਠੀਕ ਹੈ ਦੋ ਬੱਚਿਆਂ ਚੁਣੇ ਜਾਣੇ ਜੋਤੀ ਨੇ ਇੱਕ ਅਨੂ ਠੀਕ ਹੈ ਅਧਿਆਪਕ ਵੀ ਹਨ ਜਿਹੜੇ ਉਹਨੂੰ ਜਿਹੜਾ ਜੋਤੀ ਨੂੰ ਚੁਣਦੇ ਹਨ ਠੀਕ ਹੈ ਤੇ ਲਾਸਟ ਹੈ ਕਲਾਰਾ ਲਿਖਿਆ ਹੈ ਕਲਾਰਾ ਕੀ ਹੈ ਉਹਦੇ ਸਾਥੀ ਹਨ ਉਹਦੇ ਫਰੈਂਡਸ ਹਨ ਕੌਣ ਉਹਦੇ ਜੁਗਲ ਪ੍ਰਸਾਦ ਦੇ ਜੁਗਲ ਪ੍ਰਸਾਦ ਦੇ ਫਰੈਂਡ ਹਨ ਜਿਨ੍ਹਾਂ ਨਾਲ ਉਹ ਆਪਣੇ ਪੁੱਤਰ ਦੇ ਬਾਰੇ ਗੱਲਾਂ ਕਰਦਾ ਹੈ ਉਹਨਾਂ ਦੀ ਲਿਆਕਤ ਦੇ ਬਾਰੇ ਆਪਣੇ ਪੁੱਤਰ ਦੀ ਲਿਆਕਤ ਬਾਰੇ ਗੱਲਾਂ ਕਰਦਾ ਠੀਕ ਹੈ ਹਰੇਕ ਕੈਰੈਕਟਰ ਦੇ ਪਤਾ ਚੱਲ ਗਿਆ ਕਿਹੜਾ ਕਿਹੜਾ ਕੈਰੈਕਟਰ ਕੀ ਰੋਲ ਅਦਾ ਕਰ ਰਿਹਾ ਹੈ ਠੀਕ ਹੈ ਇਸ ਕਹਾਣੀ ਦੇ ਬੇਟਾ ਸ਼ੁਰੂਆਤ ਕਿੱਦਾਂ ਹੁੰਦੀ ਹੈ ਇਸ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਠੀਕ ਹੈ ਜਦੋਂ ਜੁਗਲ ਪ੍ਰਸਾਦ ਦੀ ਤਨਖਾਹ 5 ਰੁਪਏ ਵਧਦੀ ਹੈ ਸਿਰਫ 5 ਰੁਪਏ ਵਧਦੀ ਹੈ ਕੋਈ ਇੱਕ ਦੋ ਕਾਪੀਆਂ ਵਿੱਚ ਚੈੱਕ ਕੀਤੀ ਤੇਰੇ ਵੀ ਤਾਂ ਲਿਖਿਆ ਸੀ 150 ਰੁਪਏ ਸਿਰਫ 5 ਰੁਪਏ ਜਦੋਂ ਤਨਖਾਹ ਵਧਦੀ ਹੈ ਤਾਂ ਜੁਗਲ ਪ੍ਰਸਾਦ ਦੀ ਬੇਟਾ ਇੱਛਾ ਹੁੰਦੀ ਹੈ ਕਿ ਆਪਣੇ ਪੁੱਤਰ ਨੂੰ ਇੱਕ ਅੱਛੇ ਸਕੂਲ ਪੜਾਵੇ ਕਿਉਂਕਿ ਹਰ ਮਾਤਾ ਪਿਤਾ ਦੀ ਇੱਛਾ ਨਾ ਠੀਕ ਹੈ ਕਿ ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰੇ ਅੱਛੀ ਐਜੂਕੇਸ਼ਨ ਦੇਵੇ ਠੀਕ ਹੈ ਇਸੇ ਤਰ੍ਹਾਂ ਜੁਗਲ ਪ੍ਰਸਾਦ ਦੀ ਵੀ ਇਹੀ ਇੱਛਾ ਹੁੰਦੀ ਹੈ ਕਿ ਆਪਣੇ ਪੁੱਤਰ ਨੂੰ ਵਧੀਆ ਸਕੂਲ ਦੀ ਦਾਖਲ ਕਰਾਵੇ ਜਦੋਂ ਉਹਦੀ 5 ਰੁਪਏ ਤਨਖਾਹ ਆਉਂਦੀ ਹੈ ਤੇ ਇੰਨਾ ਜ਼ਿਆਦਾ ਖੁਸ਼ ਹੁੰਦਾ ਹੈ ਕਿ ਹੁਣ ਉਹਦੀ ਤਨਖਾਹ ਵੱਧ ਗਈ ਹੈ ਤੇ ਆਪਣੇ ਪੁੱਤਰ ਨੂੰ ਬੇਟਾ ਅੰਗਰੇਜ਼ੀ ਸਕੂਲ ਵਿੱਚ ਪੜਾਵੇਗਾ ਪਰ ਉਹਦੀ ਪਤਨੀ ਇਹ ਸੁਣ ਕੇ ਖੁਸ਼ ਨਹੀਂ ਹੁੰਦੀ ਕਿਉਂਕਿ ਕਹਿੰਦੀ ਘਰ ਦੇ ਅੱਗੇ ਖਰਚੇ ਪੂਰੇ ਨਹੀਂ ਹੁੰਦੇ ਅਸੀਂ ਤੁਹਾਡੇ ਪੈਸੇ ਜਿਹੜੇ ਕਿ ਤੁਹਾਡੇ ਜਿਹੜੇ 5 ਰੁਪਏ ਵਧਿਆ ਅਸੀਂ ਉਹਨਾਂ ਲੋੜਾਂ ਪੂਰੀਆਂ ਕਰਨ ਲਈ ਕਰਦੇ ਹਾਂ ਪਰ ਜਿਹੜਾ ਕਿ ਜੁਗਲ ਪ੍ਰਸਾਦ ਉਹਨਾਂ 5 ਰੁਪਇਆਂ ਦੇ ਨਾਲ ਆਪਣੇ ਪੁੱਤਰ ਨੂੰ ਪੜਾਉਣਾ ਚਾਹੁੰਦਾ ਹੈ ਕਿਉਂਕਿ ਸਕੂਲ ਦੀ ਜਿਹੜੀ ਫੀਸ ਹੈ ਮੰਥਲੀ ਫੀਸ 5 ਰੁਪਏ ਮਹੀਨਾ ਹੁੰਦੀ ਕਿਉਂ ਪੜਾਉਣਾ ਚਾਹੁੰਦਾ ਹੈ ਕਿਉਂਕਿ ਉਸਨੂੰ ਸਮਝ ਹੈ ਕਿ ਇਹ ਅੰਗਰੇਜ਼ੀ ਮੀਡੀਅਮ ਜਿਹੜੀ ਹਰੇਕ ਮਾਤਾ ਪਿਤਾ ਠੀਕ ਹੈ ਵੀ ਜਦੋਂ ਹਰੇਕ ਜਿਹੜਾ ਇੰਗਲਿਸ਼ ਮੀਡੀਅਮ ਸਕੂਲ ਦੇ ਪੜ੍ਹ ਕੇ ਬੱਚੇ ਦੀ ਸ਼ਖਸੀਅਤ ਨੂੰ ਉਗਰਨ ਦਾ ਮੌਕਾ ਮਿਲਦਾ ਹੈ ਭਾਵ ਕਿ ਉਹਦੀ ਆਲ ਰਾਉਂਡ ਡਿਵੈਲਪਮੈਂਟ ਹੁੰਦੀ ਠੀਕ ਹੈ ਉਹਦਾ ਸਾਰਾ ਪੱਕੀ ਵਿਕਾਸ ਹੁੰਦਾ ਹੈ ਠੀਕ ਹੈ ਬੱਚਾ ਅੰਗਰੇਜ਼ੀ ਮੀਡੀਅਮ ਸਕੂਲ ਪੜ੍ਹ ਕੇ ਉਹਦੇ ਵਿੱਚ ਠੀਕ ਹੈ ਬੋਲਣ ਚਾਲਣ ਦੀ ਤਮੀਜ਼ ਆਉਂਦੀ ਹੈ ਔਰ ਚੰਗੀਆਂ ਗੱਲਾਂ ਸਿੱਖਦਾ ਹੈ ਠੀਕ ਹੈ ਪੜ੍ਹ ਲਿਖ ਕੇ ਚੰਗੇ ਅਫਸਰ ਬਣਦੇ ਹਨ ਇਸ ਲਈ ਉਹ ਵੀ ਚਾਹੁੰਦਾ ਸੀ ਕਿ ਮੇਰਾ ਪੁੱਤਰ ਪੜ੍ਹ ਲਿਖ ਕੇ ਚੰਗਾ ਅਫਸਰ ਬਣੇ ਤੇ ਭਾਰਤ ਦੇ ਲਈ ਜੋਤੀ ਜੋਤ ਬਣ ਕੇ ਦਿਖਾਵੇ ਖੁਸ਼ ਹੁੰਦਾ ਹੈ ਜੋਤੀ ਭਾਰਤ ਦੀ ਕੀ ਬਣ ਕੇ ਦਿਖਾਵੇ ਜੋਤ ਬਣ ਕੇ ਦਿਖਾਵੇ ਦਾਖਲ ਕਰਵਾਉਣ ਦੀ ਐਡਮਿਸ਼ਨ ਫੀਸ ਹੁੰਦੀ ਹੈ 40 ਰੁਪਏ 40 ਰੁਪਏ ਸਕੂਲ ਦੀ ਦਾਖਲਾ ਫੀਸ ਕਿੰਨੀ ਹੈ 40 ਰੁਪਏ ਉਧਾਰ ਚੱਕ ਕੇ ਇੱਕ 40 ਰੁਪਏ ਜਿਹੜਾ ਕਿ ਫੀਸ ਹੈ ਜਦੋਂ ਮੰਥਲੀ ਇੱਕ ਮਹੀਨੇ ਦੇ ਬਾਅਦ ਪ੍ਰੀਖਿਆ ਹੁੰਦੀ ਹੈ ਇੱਕ ਮਹੀਨੇ ਦੇ ਬਾਅਦ ਬੇਟਾ ਪ੍ਰੀਖਿਆ ਮੰਸ਼ਿਕਾ ਬੇਟਾ ਸੁਣੋ ਜਦੋਂ ਇੱਕ ਮਹੀਨੇ ਦੇ ਬਾਅਦ ਮੰਸ਼ਿਕਾ ਇੱਕ ਮਹੀਨੇ ਦੇ ਬਾਅਦ ਬੇਟਾ ਜਦੋਂ ਪ੍ਰੀਖਿਆ ਹੁੰਦੀ ਹੈ ਠੀਕ ਹੈ ਉਸ ਪ੍ਰੀਖਿਆ ਦੇ ਵਿੱਚੋਂ ਜੋਤੀ ਜਿਹੜਾ ਕਿ ਪੂਰੀ ਜਮਾਤ ਵਿੱਚੋਂ ਪਹਿਲੇ ਦਰਜੇ ਦੇ ਆਉਂਦਾ ਹੈ ਇੱਕ ਮਹੀਨੇ ਦੇ ਬਾਅਦ ਠੀਕ ਹੈ ਬੜਾ ਜ਼ਿਆਦਾ ਖੁਸ਼ ਹੁੰਦੇ ਆ ਉਹਦੇ ਫਾਦਰ ਕਿ ਜੋਤੀ ਪਹਿਲੇ ਦਰਜੇ ਤੇ ਹੈ ਤੇ ਅਧਿਆਪਕ ਵੀ ਜਿਹੜਾ 6 ਮਹੀਨੇ ਬਾਅਦ ਠੀਕ ਹੈ ਅਧਿਆਪਕ ਵੀ ਜਿਹੜਾ ਕਿ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤੇ 6 ਮਹੀਨੇ ਬਾਅਦ ਅਧਿਆਪਕ ਉਹਦੇ ਹੱਥ ਇੱਕ ਚਿੱਠੀ ਭੇਜਦੇ ਹਨ ਕਿ ਜੋਤੀ ਨੂੰ ਪੂਰੇ ਜਿਹੜੇ ਇਲਾਕੇ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਚੁਣਿਆ ਗਿਆ ਇੱਕ ਹੋਰ ਵਿਦਿਆਰਥੀ ਨੇ ਜੋਤੀ ਕਿ ਉਹਨੇ ਮੰਤਰੀ ਦੇ ਗਲੇ ਜਵਾਲਾ ਪ੍ਰਸਾਦ ਦੇ ਗਲੇ ਦੇ ਵਿੱਚ ਹਾਰ ਪਾਉਣਾ ਕਿਹੜਾ ਦਿਨ ਐਤਵਾਰ ਸੰਡੇ ਐਤਵਾਰ ਤੇ ਉਹ ਚਿੱਠੀ ਕਿਸ ਦਿਨ ਲੈ ਕੇ ਆਉਂਦਾ ਹੈ ਕਿਸ ਨੂੰ ਪਤਾ ਚਿੱਠੀ ਕਿਸ ਦਿਨ ਲਿਆਉਂਦਾ ਹੈ ਯੈਸ ਐਨੀਵਨ ਨਹੀਂ ਐਨੀਵਨ ਸਟੂਡੈਂਟ ਵੀਰਵਾਰ ਵੀਰਵਾਰ ਥਰਸਡੇ ਠੀਕ ਹੈ ਕਿਸ ਦਿਨ ਉਹ ਚਿੱਠੀ ਲੈ ਕੇ ਆਉਂਦਾ ਹੈ ਅਧਿਆਪਕ ਦੀ ਥਰਸਡੇ ਨੂੰ ਵੀਰਵਾਰ ਵੀਰਵਾਰ ਨੂੰ ਚਿੱਠੀ ਮਿਲਦੀ ਹੈ ਠੀਕ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜੋਤੀ ਕਿਸਾਨ ਦਾ ਪਿਤਾ ਕਹਿੰਦਾ ਕੋਈ ਨਹੀਂ ਸਾਡੇ ਕੋਲ 3 ਦਿਨ ਹੈਗੇ ਵੀਰ ਸ਼ੁਕਰ ਸ਼ਨੀ ਆਪਾਂ ਇੰਤਜ਼ਾਮ ਕਰਦਾ ਠੀਕ ਇਸ ਲੈਟਰ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਜੋਤੀ ਨੇ ਜਦੋਂ ਗਲੇ ਦੇ ਵਿੱਚ ਹਾਰ ਪਾਉਣਾ ਹੈ ਤਾਂ ਉਹਦੇ ਨਵੀਂ ਯੂਨੀਫਾਰਮ ਪਾਈ ਹੋਵੇ ਵਰਦੀ ਠੀਕ ਹੈ ਨਵੇਂ ਸ਼ੂਜ਼ ਪਾਏ ਹੋਣ ਨਵੀਂ ਕਮੀਜ਼ ਤੇ ਨਵੀਂ ਨਿੱਕਰ ਤੇ ਹਾਰ ਵੀ ਠੀਕ ਹੈ ਪਹਿਲਾਂ ਤਾਂ ਪਰੇਸ਼ਾਨ ਹੋ ਜਾਂਦਾ ਹੈ ਪਹਿਲਾਂ ਤਾਂ ਖੁਸ਼ ਹੁੰਦਾ ਹੈ ਪਰ ਜਦੋਂ ਸਾਰੀਆਂ ਦੇਖਦਾ ਹੈ ਕਿ ਅਸੀਂ ਪੈਸੇ ਕਿੱਥੋਂ ਲਿਆਵਾਂਗੇ ਤੇ ਉਹਦੀ ਜਿਹੜੀ ਖੁਸ਼ੀ ਹੈ ਉਦਾਸੀ ਬਦਲ ਜਾਂਦੀ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਾਂਗੇ ਕਿਉਂਕਿ ਮਸਾਂ ਹੀ ਜਿਹੜਾ ਕਿ ਇਹ ਗੁਜ਼ਾਰਾ ਕਰਨ ਤੋਂ ਬਾਅਦ ਕਿਉਂਕਿ ਉਹ ਮਹੀਨੇ ਦੀ 26 ਤਰੀਕ ਹੁੰਦੀ ਜਿਸ ਦਿਨ ਲੈਟਰ ਆਉਂਦੀ ਹੈ ਨਾ ਉਸ ਦਿਨ ਉਹ ਕਹਿੰਦੀ ਮਹੀਨੇ ਦੀ 26 ਤਰੀਕ ਹਰੇਕ ਪੁਆਇੰਟ ਆਉਣਾ ਹੈ ਪੇਪਰ ਦੇ ਵਿੱਚ ਨੋਟ ਕਰਦੇ ਜਾਓ ਮਹੀਨੇ ਦੀ 26 ਤਰੀਕ ਹੁੰਦੀ ਹੈ ਤੇ ਉਸ ਦਿਨ ਬੇਟਾ ਉਹਨਾਂ ਕੋਲ ਸਿਰਫ 8-10 ਆਨੇ ਹੀ ਬਚਦੇ ਹਨ ਖਰਚਣ ਦੇ ਤੇ ਉਹਨਾਂ 8-10 ਆਨਿਆਂ ਵਿੱਚੋਂ ਘਰ ਦਾ ਖਰਚਾ ਕਰਨਗੇ ਕਿ ਬੱਚੇ ਦੇ ਫਿਰ ਬੇਟਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਆਪਣੇ ਬੱਚੇ ਦੀ ਠੀਕ ਹੈ ਜਿਹੜਾ ਖੁਸ਼ੀ ਨੂੰ ਮਰਨ ਨਹੀਂ ਦਿਆਂਗਾ ਉਹ ਉਧਾਰ 3 ਰੁਪਏ ਠੀਕ ਬੜਾ ਮੰਗ ਮੁੰਗ ਕੇ ਕਿਸੇ ਕੋਲ ਆਪਣੇ ਦੋਸਤਾਂ ਕੋਲੋਂ 3 ਰੁਪਏ ਉਧਾਰ ਹੀ ਮੰਗਦਾ ਹੈ ਠੀਕ ਹੈ 3 ਰੁਪਏ ਨੂੰ ਉਧਾਰ ਨਹੀਂ ਦਿੰਦੇ ਹੈ ਬੜਾ ਕਾਫੀ ਪੁਰਾਣੀ ਬਹੁਤ ਸਾਰੇ ਬਹੁਤ ਪੁਰਾਣੀ ਸਕੂਲ 1916 ਦੀ ਗੱਲ ਹੈ ਜਦੋਂ ਉਦੋਂ ਪੈਸੇ ਦੀ 1 ਰੁਪਏ ਦੀ ਕਾਫੀ ਵੈਲਿਊ ਹੁੰਦੀ
ਠੀਕ ਹੈ ਉਹਦਾ 1 ਰੁਪਏ ਦੀ ਵੀ ਕਾਫੀ ਵੈਲਿਊ ਹੁੰਦੀ ਸੀ ਉਹ ਸਟੋਰੀ ਹੈ ਨੈਕਸਟ ਵੀ ਬੇਟਾ ਉਹ 3 ਰੁਪਏ ਦਾ ਮੰਗ ਲੈਂਦਾ ਤੇ ਉਹ ਕਹਿੰਦਾ ਮੈਂ ਨਾ 3 ਰੁਪਏ ਨਾਲ ਉਹ ਜਿਹੜਾ ਕੀ ਹੈ ਹਾਰ ਤੇ ਨਿੱਕਾ ਦਾ ਕਪੜਾ ਲੈ ਆਉਂਦਾ ਤੇ ਦਰਜੀ ਨੂੰ ਸੀਨਾ ਵੀ ਦੇ ਆਉਂਦਾ ਤੇ ਦਰਜੀ ਕੋ ਵਾਅਦਾ ਕਰਦਾ ਕਿ ਸ਼ਨੀਵਾਰ ਤੱਕ ਮੈਂ ਨਿੱਕਾ ਦੇ ਦਾਂ ਸੈਟਰਡੇ ਦਾ ਤੇ ਉਹਦੀ ਪਤਨੀ ਕਹਿੰਦੀ ਹੈ ਕਿ ਮੈਂ ਪੁਰਾਣੀ ਚੱਦਰ ਰੂਪ ਵਿੱਚ ਚਿੱਟੀ ਚੱਦਰ ਕੱਢਾ ਲਈ ਪੁਰਾਣੀ ਉਹਨੂੰ ਫਾੜ ਕੇ ਜਿਹੜਾ ਕਿ ਮੈਂ ਜੁੱਤੀ ਦੀ ਕਮੀਜ਼ ਬਣਾ ਦਾਂਗੀ ਗੁਆਂਢੀਆਂ ਕੋਲੋਂ ਮਸ਼ੀਨ ਲਿਆ ਕੇ ਠੀਕ ਹੈ ਮੈਂ ਵੀ ਇਸ ਕਰਕੇ ਤਿਆਰ ਕਰ ਦਵਾਂ ਵੀ ਇੱਕ ਦਿਨ ਵਿੱਚ ਇਸ ਲਾ ਕਮੀਜ਼ ਵੀ ਤਿਆਰ ਕਰ ਦਿੰਦੀ ਤੇ ਬਾਕੀ ਉਹ ਗੁੱਡੀ ਦੇ ਜੋਤੀ ਦੀ ਪੁੱਲੀ ਵਿੱਚੋਂ ਪੈਸੇ ਸਾਡੇ 7 ਆਨੇ ਉਹਦੀ ਪੁੱਲੀ ਚੋਂ ਨਿਕਲਦੇ ਗੁੱਡੀ ਦੇ ਤੇ 12 ਆਨੇ ਜੋਤੀ ਦੀ ਪੁੱਲੀ ਚੋਂ ਤੇ ਹਾਰ ਦਾ ਇੰਤਜ਼ਾਮ ਵੀ ਕਰ ਇੰਨੀ ਜ਼ਿਆਦਾ ਫੈਮਿਲੀ ਬੜੀ ਖੁਸ਼ ਹੁੰਦੀ ਏ ਕਿ ਅੱਜ ਅਸੀਂ ਸਾਡੇ ਜੋਤੀ ਨੂੰ ਠੀਕ ਹੈ ਐਤਵਾਰ ਦਾ ਦਿਨ ਆ ਜਾਂਦਾ ਹੈ ਸਾਰੇ ਜਣੇ ਜੋਤੀ ਨੂੰ ਤਿਆਰ ਕਰਦੇ ਹਨ ਕਿ ਅੱਜ ਬਾਕੀ ਮੇਰੇ ਪੁੱਤਰ ਨੇ ਹਾਰ ਪਾਣਾ ਤੇ ਪਹਿਲਾ ਬੇਟਾ ਉਹ ਠੀਕ ਹੈ ਨਾਗਰਿਕ ਸਭਾ ਇਸ ਸਭਾ ਦੇ ਸ਼ਾਮਿਲ ਜੁਗਲ ਮਸਾਰ ਠੀਕ ਹੈ ਇਸ ਸਭਾ ਦੇ ਵਿੱਚ ਸ਼ਾਮਿਲ ਹੋਣ ਲਈ ਕਿ ਮੰਤਰ ਪੱਤਾਂ ਹੀ ਲੈਣ ਜਾਂਦਾ ਦੋ ਘੰਟੇ ਛੁੱਟੀ ਲੈ ਠੀਕ ਹੈ ਕਿਉਂ ਲੈਣ ਜਾਂਦਾ ਇਨਵੀਟੇਸ਼ਨ ਕਿਉਂਕਿ ਉਹ ਵੀ ਦੇਖ ਸਕੇ ਕਿ ਉਹਦੇ ਪੁੱਤਰ ਨੂੰ ਕਿਸ ਤਰ੍ਹਾਂ ਮਾਣ ਮਿਲਦਾ ਹੈ ਠੀਕ ਹੈ ਉਹ ਇਹਦੀ ਖੁਸ਼ੀ ਵਿੱਚ ਸ਼ਾਮਿਲ ਹੋ ਸਕੇ ਪਰ ਉਸ ਨੂੰ ਨਿਮੰਤਰ ਪੱਤਰ ਇਨਵੀਟੇਸ਼ਨ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਉਸ ਸਭਾ ਦੇ ਵਿੱਚ ਕਾਫੀ ਵੱਡੇ ਵੱਡੇ ਲੋਕਾਂ ਨੇ ਆਣਾ ਠੀਕ ਹੈ ਇਸ ਲਈ ਉਹਨੂੰ ਨਿਮੰਤਰ ਪੱਤਰ ਨਹੀਂ ਮਿਲਦਾ ਕਾਫੀ ਕੋਸ਼ਿਸ਼ ਕਰਦਾ ਪਰ ਨਹੀਂ ਮਿਲਦਾ ਠੀਕ ਹੈ ਫਿਰ ਬੇਟਾ ਨੈਕਸਟ ਡੇ ਜਦੋਂ ਸ਼ਾਮ ਹੋਏ ਤੇ ਸਾਰਾ ਟੱਬਰ ਸਾਰੀ ਫੈਮਿਲੀ ਉਡੀਕ ਰਹੀ ਹੁੰਦੀ ਹੈ ਸ਼ਾਮ ਦੇ ਸਮੇਂ ਜੋ ਦੂਰੋਂ ਜੋਤੀ ਨੂੰ ਆਉਂਦੇ ਆ ਦੇਖਦੇ ਨੇ ਬੜਾ ਖੁਸ਼ ਹੁੰਦੇ ਨੇ ਕਿ ਧਿਆਪਕ ਜੋਤੀ ਨੂੰ ਨਾਲ ਲੈ ਕੇ ਆ ਰਹੇ ਪਰ ਜੋਤੀ ਜਦੋਂ ਟਸਕੋਰੇ ਭਾਰਿਆ ਹੁੰਦਾ ਹੈ ਬਹੁਤ ਰੋ ਰਿਹਾ ਹੁੰਦਾ ਹੈ ਤੋਂ ਟਸਕੋਰੇ ਭਾਰੇ ਜੋਤੀ ਨੂੰ ਦੇਖ ਕੇ ਜੁਗਲ ਪ੍ਰਸਾਦ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ ਪਰੇਸ਼ਾਨ ਹੁੰਦਾ ਕੀ ਗੱਲ ਹੋ ਗਈ ਫਿਰ ਧਿਆਪਕ ਜਿਹੜੀ ਕੀ ਹੈ ਬਿਨਾਂ ਉਹਦੇ ਪੁੱਛੇ ਹੋਏ ਪਹਿਲਾਂ ਹੀ ਦੱਸ ਦਿੰਦੀ ਕਿ ਅੱਜ ਸੇਠ ਲਖਪਤ ਰਾਏ ਨੇ ਚੇਅਰਮੈਨ ਨੂੰ ਕਹਿ ਕੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਲਿਖਵਾ ਲਿਆ ਭਾਵ ਕਿ ਜੋ ਮਾਨ ਜੋਤੀ ਨੂੰ ਇੱਕ ਹੁਸ਼ਿਆਰ ਵਿਦਿਆਰਥੀ ਹੋਣ ਦੇ ਨਾਤੇ ਮਿਲਣਾ ਸੀ ਉਹ ਮਾਨ ਅੱਜ ਕਿਹਨੂੰ ਮਿਲਿਆ ਸੇਠ ਲਖਪਤ ਰਾਏ ਦੇ ਪੁੱਤਰ ਨੂੰ ਅਮੀਰੀ ਨੇ ਆਪਣਾ ਰੋਹਬ ਦਿਖਾਤਾ ਠੀਕ ਹੈ ਜਿਸ ਕਰਕੇ ਉਹ ਕੁਝ ਵੀ ਨਾ ਕਰ ਸਕੇ ਇਹ ਕਹਿ ਕੇ ਉੱਥੋਂ ਚਲੀ ਇਹ ਸੁਣ ਕੇ ਜਿੱਦਾਂ ਉਹਦੇ ਪੈਰਾਂ ਹੇਠੋਂ ਬੇਟਾ ਜ਼ਮੀਨ ਹੀ ਨਿਕਲ ਗਈ ਫਿਰ ਬੇਟਾ ਜਦੋਂ ਉਸਨੇ ਗੱਲ ਸੁਣੀ ਤਾਂ ਜੁਗਲ ਪ੍ਰਸਾਦ ਗੁੱਸੇ ਤੇ ਵਿਦਰੋਹ ਦੀ ਆਗ ਤੇ ਤੜਫ ਗਿਆ ਠੀਕ ਹੈ ਉਸਨੇ ਕਿਹਾ ਕਿ ਹੁਣ ਮੈਂ ਦੇਖਾਂਗਾ ਕਿ ਗਰੀਬਾਂ ਦੇ ਹੱਕਾਂ ਨੂੰ ਕੌਣ ਲੁਟਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨੇ ਕਿਹਾ ਕਿ ਹੁਣ ਮੈਂ ਆਪਣੇ ਉੱਤੇ ਜ਼ੁਲਮ ਨਹੀਂ ਹੋਣ ਦੇਣਾ ਭਾਵ ਕਿ ਇਸ ਕਹਾਣੀ ਦੇ ਵਿੱਚ ਜਿਹੜਾ ਜੁਗਲ ਪ੍ਰਸਾਦ ਹੈ ਉਹ ਕਹਿ ਰਿਹਾ ਹੈ ਕਿ ਜੇ ਅਸੀਂ ਸਮਾਜ ਵਿੱਚ ਕੋਈ ਬਦਲਾਵ ਲਿਆਉਣਾ ਚਾਹੁੰਦੇ ਹਾਂ ਉਹ ਬਦਲਾਵ ਸਾਨੂੰ ਆਪਣੇ ਖੁਦ ਹੀ ਲਿਆਉਣਾ ਪਵੇਗਾ ਕਾਫੀ ਪੁਰਾਣੀ ਗੱਲ ਹੈ ਜਦੋਂ ਲੋਕਾਂ ਦੇ ਕਾਫੀ ਜ਼ੁਲਮ ਹੁੰਦੇ ਸੀ ਅੱਜ ਕੱਲ੍ਹ ਟਾਈਮ ਕਾਫੀ ਚੇਂਜ ਹੋ ਗਿਆ ਨਾ ਠੀਕ ਹੈ ਕਹਿੰਦੇ ਉਹ ਬਦਲਾਵ ਜਿਹੜਾ ਕਿ ਸਾਨੂੰ ਖੁਦ ਹੀ ਲਿਆਉਣਾ ਪਵੇਗਾ ਠੀਕ ਹੈ ਇਹ ਬਦਲਾਵ ਜਿਹੜਾ ਕਿ ਕਿਸੇ ਨੇ ਨਹੀਂ ਲੈ ਕੇ ਆਉਣਾ ਸਾਨੂੰ ਖੁਦ ਹੀ ਆਵਾਜ਼ ਉਠਾਉਣੀ ਪਵੇਗੀ ਜੇ ਅੱਜ ਇਹ ਸਿਚੁਏਸ਼ਨ ਵੀ ਜਿਹੜਾ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਖੁਦ ਹੀ ਆਵਾਜ਼ ਉਠਾਉਣੀ ਪੈਣੀ ਠੀਕ ਹੈ ਇਸ ਲਈ ਸਾਨੂੰ ਜਿਹੜਾ ਕਿ ਇਸ ਲਈ ਕਿਸੇ ਦੀ ਉਡੀਕ ਨਹੀਂ ਕਰਨੀ ਚਾਹੀਦੀ ਠੀਕ ਹੈ ਜਿਸ ਤਰ੍ਹਾਂ ਜੁਗਲ ਪ੍ਰਸਾਦ ਐਂਡ ਦੇ ਵਿੱਚ ਉਹ ਕਿਸੇ ਦੇ ਵਿਦਰੋਹ ਦੀ ਆਗਿਆ ਕਹਿੰਦਾ ਹੈ ਕਿ ਮੈਂ ਹੁਣ ਆਵਾਜ਼ ਉਠਾਵਾਂਗਾ ਕਿ ਦੇਖਾਂ ਕਿ ਗਰੀਬਾਂ ਦੇ ਕੰਨ ਖੋਲ ਨਿਕਾਲਣ ਦੀ ਕੋਸ਼ਿਸ਼ ਕਰਦਾ ਸਮਝ ਆ ਗਈ ਬੇਟਾ ਕਲੀਅਰ ਹੈ ਬੇਟਾ ਸਾਨੂੰ ਸਟੋਰੀ ਹੁਣ ਮੈਂ ਵਨ ਲਾਸਟ ਕੁਐਸਚਨ ਲਿਖਵਾਉਂਗੀ ਤੁਸੀਂ ਸਾਰਿਆਂ ਨੇ ਆਪਣੀ ਨੋਟਬੁੱਕ ਤੇ ਅਨਸਰ ਲਿਖਨੇ ਓਕੇ ਬੇਟਾ ਲਾਸਟ ਦੇ ਵਿੱਚ ਜਦੋਂ ਦੇਖਦਾ ਹੈ ਕਿ ਜੋਤੀ ਨੂੰ ਮਾਨ ਤੇ ਉਹ ਸਤਿਕਾਰ ਨਹੀਂ ਮਿਲਿਆ ਜੋ ਮਾਨ ਤੇ ਸਤਿਕਾਰ ਇੱਕ ਹੁਸ਼ਿਆਰ ਵਿਦਿਆਰਥੀ ਹੋਣ ਦੇ ਨਾਤੇ ਮਿਲਣਾ ਸੀ ਉਹ ਮਾਨ ਤੇ ਸਤਿਕਾਰ ਸੇਠ ਲਖਪਤ ਰਾਏ ਦੇ ਪੁੱਤਰ ਨੂੰ ਮਿਲ ਗਿਆ ਭਾਵ ਕਿ ਉਹਨੇ ਆਪਣਾ ਅਮੀਰੀ ਦਾ ਰੋਹਬ ਦਿਖਾ ਲਿਆ ਅਮੀਰ ਦੀ ਸੁਣੀ ਗਈ ਗਰੀਬ ਦੀ ਸੁਣੀ ਨਹੀਂ ਗਈ ਠੀਕ ਹੈ ਇਸ ਲਈ ਉਹ ਗੁੱਸੇ ਦੀ ਆਗ ਦੇ ਵਿੱਚ ਵਿਦਰੋਹ ਦੀ ਆਗ ਦੇ ਵਿੱਚ ਭੜਾ ਉੱਠਦਾ ਹੈ ਤੇ ਆਵਾਜ਼ ਉਠਾਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਹੁਣ ਮੈਂ ਦੇਖਾਂਗਾ ਕਿ ਗਰੀਬਾਂ ਦੇ ਹੱਕਾਂ ਨੂੰ ਕੌਣ ਲਿਤਾੜਨ ਦੀ ਕੋਸ਼ਿਸ਼ ਕਰਦਾ ਹੈ ਉਹਦੇ ਹੱਕਾਂ ਨੂੰ ਕੌਣ ਮਾਰਦਾ ਹੈ ਭਾਵ ਕਿ ਉਹਨੇ ਆਵਾਜ਼ ਉਠਾਈ ਠੀਕ ਹੈ ਕਲੀਅਰ ਹੈ ਬੇਟਾ ਸਭ ਨੂੰ ਹੁਣ ਅਸੀਂ ਵਨ ਮਾਰਕਸ ਕੁਐਸਚਨ ਕਰਾਂਗੇ ਠੀਕ ਹੈ ਸਭ ਨੇ ਆਨਸਰ ਲਿਖਣੇ ਮੈਂ ਚੈੱਕ ਕਰਨੇ ਆ ਫਸਟ ਕੁਐਸਚਨ ਲਿਖੋ ਜਨਮਦੀਨ ਕਹਾਣੀ ਜਨਮਦੀਨ ਕਹਾਣੀ
रही है। सेकंड क्वेश्चन लिखाओ, जुगल प्रसाद ने कितने रुपए तनख्वाह वधी थी? ऐसा नहीं बोलना बेटा, खड़े हो, एक एक करके। 5 रुपए। नेक्स्ट है थर्ड क्वेश्चन, जुगल प्रसाद ने ज्योति दी कितने रुपए दाखला फीस दिती? 40 रुपीस। एंड फोर्थ क्वेश्चन, जुगल प्रसाद दी पत्नी दा की नाम सी? देवकी। वन वर्ड, देवकी। अंग्रेज जुगल प्रसाद अपने पुत्र नू केड़े स्कूल भी दाखिल कराना चाहता सी? अंग्रेजी मीडियम। अंग्रेजी मीडियम जुगल प्रसाद अपने अपने पुत्र नू केड़े स्कूल दाखिल कराना चाहता है? अंग्रेजी मीडियम। जिस स्कूल दे विच जुगल प्रसाद अपने बच्चे नु दाखिल करवांदा है, स्कूल किथे सी? स्कूल किथे सी? स्कूल किथे सी? नेड़े ही सी, नेड़े नेड़े लिख लो, ठीक है। नवा नवा अंग्रेजी मीडियम, इंग्लिश मीडियम स्कूल नेड़े ही सी, नजदीक ही सी या नेड़े ही सी? नेक्स्ट है, नेक्स्ट लिखो कि देवकी अपने पुत्र नू अंग्रेजी मीडियम स्कूल में पढ़ाना चाहती सी? नहीं। नेक्स्ट है कि देवकी अपने पुत्र नू अंग्रेजी मीडियम नेक्स्ट है, जुगल प्रसाद ज्योति दी लियाकत बारे किना नाल गल्ला करदा सी? अपने क्लर्क दोस्तां नाल। जुगल प्रसाद क्लर्क ऑफिस काम करदे, क्लर्क सिनो भी, ठीक है। उन्होंने सलीके बारे, उन्होंने हुशियार होने बारे, हर चीज बारे, ठीक है। मैनर्स किन्ना नाल गल्ला करता सी? अपने क्लर्क दोस्ता नाल, ठीक है। नेक्स्ट है, नेक्स्ट है ज्योति पढ़ाई विच किस तरह का विद्यार्थी सी? ज्योति ऑनलाइन, यस बेटा, ज्योति किस तरह का विद्यार्थी? बहुत होशियार सी, जन्मदिन नागरिक सभा वालों मनाया जाना सी? ऑनलाइन स्टूडेंट, केड़े मंत्री का जन्मदिन नागरिक सभा वालों मनाया जाना सी? बाकी बच्चे भी एंड्रेस करो बेटा, यस बेटा, केड़े मंत्री दा? मैम मंत्री ज्वाला प्रसाद। मंत्री ज्वाला प्रसाद,
मंत्री का जन्मदिन नागरिक सभा मतलब मनाया जाना सी या ज्वाला प्रसाद का जन्मदिन किना वालों मनाया जाना सी ठीक है ज्वाला प्रसाद का जन्मदिन किना वालों मनाया जाना सी नागरिक सभा वालों ज्वाला प्रसाद का जन्मदिन किना वालों मनाया जाना सी नेक्स्ट है जुगल प्रसाद दी ती या ज्योति दी भैन का की नाम सी गुड्डी की नाम सी गुड्डी नेक्स्ट है ऑनलाइन वाले बच्चे बेटा गुड्डी दी पुगनी विचों किन्ने पैसे निकले साढ़े सात आने बुगनी विचों किन्ने पैसे निकले साढ़े सात आने ज्योति दी बुगनी विचों किन्ने पैसे निकले ज्योति दी बुगनी विचों बारह आने ज्योति दी बुगनी विचों किन्ने पैसे निकले बारह आने नेक्स्ट क्वेश्चन जुगल प्रसाद दे किन्ने बच्चे सन जुगल प्रसाद दे किन्ने बच्चे सन जुगल प्रसाद नेक्स्ट है अमीरी दा रोग किस अमीरी दा रोग दिखान वाला केड़ा पात्र है ये अमीरी दा रोग दिखान वाला केड़ा पात्र है से लफ्ट राइट ये ऐसा भी आता है क्वेश्चन किसने ज्योति दी थां ते अपने पुत्र दा नाम लिखवाया सी ठीक है से लफ्ट राइट किसने किसने ज्योति दी थां ते अपने पुत्र दा नाम लिखवाया सी से लखपत राय ने नेक्स्ट लिखो ज्योति दे पिता या जुगल प्रसाद ने वर्दी दा प्रबंध करन दे लई किन्ने पैसे अपने दोस्तां वलों उधार ले सन जुगल प्रसाद ने ज्योति दी वर्दी नु खरीदन लई किन्ने पैसे उधार ले सा 3 रुपए बड़ी मुश्किल नाल मिले सी वर्दी लै ले किन्ने पैसे उधार ले सा 3 रुपए नेक्स्ट है दादू आकला इस दिन मंत्री का जन्मदिन मनाया जाना सी ऐतवार वाले दिन इस दिन मंत्री का जन्मदिन मनाया जाना सी ऐतवार चलो नेक्स्ट है जिस दिन ज्योति
चिट्ठी लेके आया सी ओ केड़ा दिन सी वीरवार केड़ा दिन सी वीरवार दिन चौथी चिट्ठी लेके आया सी ओ केड़ा दिन सी वीरवार वाला दिन जिस दिन ज्योति चिट्ठी लेके आया सी वो केड़ा दिन सी वीरवार बचपन किस वांग हुंदा है या जुगल प्रसाद दे मुताबिक बचपन ध्यान है बचपन किस वांग हुंदा है किस दिन ज्योति चिट्ठी लेके आया सी नेक्स्ट है अगला क्वेश्चन है बेटा हाँ जुगल प्रसाद ने जा बचपन किस वांग हुंदा है चैप्टर के अकॉर्डिंग कहानी के अकॉर्डिंग जुगल प्रसाद बादशाही वांग वेरी गुड एंड नोट करो बेटा जुगल प्रसाद के मुताबिक जुगल प्रसाद के मुताबिक बचपन किस वांग हुंदा है बादशाही वांग नेक्स्ट है जुगल प्रसाद ने किन्ने घंटे दी छुट्टी अपने दफ्तर विच दो घंटे किन्ने घंटे छुट्टी ले सी नेक्स्ट है जुगल प्रसाद ने किन्ने घंटे दी छुट्टी ले सी अपने दफ्तर विच दो नेक्स्ट है जुगल प्रसाद दो घंटे छुट्टी लेके की करन गया सी दो घंटे छुट्टी लेके की करन गया सी निमंत्रण पत्र ले निमंत्रण इनविटेशन जुगल प्रसाद दो घंटे दी छुट्टी लेके किथे गया सी निमंत्रण पत्र ले महीने दी 26 तारीख नू जुगल प्रसाद महीने दी 26 तारीख नू देवकी कोलो या जुगल प्रसाद कोलो खर्चे लई किन्ने पैसे रह गए सन 8-10 सन जुगल प्रसाद सुनवरी पत्नी ने उसी पत्नी ने कमीज किस तरह त्याग की थी 8-10 साल में